ਸਾਡੀ ਚੜ੍ਹਾਈ ਦਾ ਅਗਲਾ ਸਫ਼ਰ ਸ਼ੁਰੂ ਹੋ ਚੁੱਕਿਆ ਹੈ। ਪਾਣੀ ਦੇ ਵਿੱਚ ਦੀ ਅਸੀਂ ਅੱਗੇ ਨੂੰ ਜਾ ਰਹੇ ਹਾਂ। ਆ ਮੈਂ ਤੁਹਾਨੂੰ ਕਿਹਾ ਸੀ ਕਿ ਪਿੰਕ ਕਲਰ ਦੇ ਇਹਨਾਂ ਸਾਈਨਾਂ ਨੂੰ ਫੋਲੋ ਕਰਾਂਗੇ। ਇਸ ਸਾਈਡ ਦੇ ਉੱਤੇ ਫਸਟ ਸਪੋਟ ਵਾਟਰਫਾਲ ਹੈ, ਜਿੱਧਰੋਂ ਅਸੀਂ ਆਏ ਹਾਂ ਉਹ ਹੈ ਟੀ ਰੂਮ ਸ਼ੋਪ ਟੋਇਲਟਸ, 15 ਮਿੰਟ ਦਾ ਰਸਤਾ। ਅਤੇ ਜਿੱਧਰ ਅਸੀਂ ਚੱਲੇ ਹਾਂ ਉਹ ਹੈ ਸ਼ੂਟਿੰਗ ਬਾਕਸ, 1.5 ਘੰਟੇ ਦਾ ਰਸਤਾ। ਅਤੇ ਜਿੱਧਰੋਂ ਅਸੀਂ ਆਏ ਹਾਂ ਇਹ ਪਿੰਕ ਅਤੇ ਹਰਾ ਉੱਧਰ ਜਾਂਦਾ, ਪਰ ਸਾਨੂੰ ਇੱਧਰ ਨੂੰ ਤੋਰਿਆ ਹੋਇਆ ਪਿੰਕ ਵਾਲੇ ਸਾਈਨ ਨੇ। ਅਤੇ ਰਸਤਾ ਥੋੜ੍ਹਾ ਔਖਾ ਹੋਣਾ ਸ਼ੁਰੂ ਹੋ ਗਿਆ, ਅਤੇ ਰਸਤੇ ਵੱਲ ਧਿਆਨ ਦੇਣਾ ਪਊਗਾ ਤਾਂ ਕਿ ਬੈਲੈਂਸ ਖਰਾਬ ਕਰਕੇ ਸਰੀਰ ਦਾ ਸੱਟ ਫੇਟ ਨਾ ਖਾ ਲਈਏ। ਦਿਖਾਉਂਦੇ ਰਹਾਂਗੇ ਤੁਹਾਨੂੰ ਇਹ ਵੀਡੀਓ ਲਗਾਤਾਰ, ਸਾਡੇ ਨਾਲ ਕਰਦੇ ਰਹੋ ਇੰਗਲੈਂਡ ਦੀ ਸੈਰ। ਕੋਈ ਡੰਡੀ ਨਹੀਂ, ਕੋਈ ਪੱਗ ਡੰਡੀ ਨਹੀਂ, ਆ ਉੱਪੜ ਫਾਬੜ ਪੱਥਰਾਂ ਦੇ ਵਿੱਚ ਦੀ ਅਸੀਂ ਵੀ ਜਾਣਾ ਹੈ ਅਤੇ ਤੁਹਾਨੂੰ ਲੈ ਕੇ ਵੀ ਜਾਣਾ ਹੈ ਨਾਲ। ਕੋਈ ਡੰਡੀ ਨਹੀਂ, ਕੋਈ ਪੱਗ ਡੰਡੀ ਨਹੀਂ, ਉੱਠੇ ਸਿੱਧੇ ਉੱਪੜ ਖਾਬੜ ਪੱਥਰਾਂ ਦੇ ਵਿੱਚ ਦੀ ਜਾ ਰਹੇ ਹਾਂ ਆਪਣੀ ਮੰਜ਼ਿਲ ਵੱਲ ਨੂੰ। ਉਹ ਪਿੱਛੋਂ ਜਿੱਥੋਂ ਛੁੜ ਕਿਤੇ ਸੀ ਉਹ ਰਸਤਾ ਤਕਰੀਬਨ ਉਹ ਦਿਸਣਾ ਹੱਟ ਗਿਆ, ਕਿਉਂਕਿ ਮੋੜ ਤੋੜ ਗਈ ਆ ਗਿਆ ਰਸਤੇ ਵਿੱਚ। ਭੈਣ ਭਾਈਆਂ ਦੀ ਜੋੜੀ ਪਹਾੜਾਂ ਨੂੰ ਸਰ ਕਰਦੀ ਹੋਈ, ਬਿਜੀ ਦੇ ਬੱਚੇ, ਸਾਡੇ ਬਿਜੀ ਦੇ ਪਿਆਰੇ ਪਿਆਰੇ ਬੱਚੇ। ਹਾਂਜੀ ਲਾਲੀ ਦੇ ਸਾਰੇ ਸਰੋਤਿਓ, ਮੈਂ ਵੀ ਅੱਜ ਤੁਹਾਨੂੰ ਦਿਖਾ ਰਹੀ ਹਾਂ ਕਿ ਅੱਜ ਅਸੀਂ ਕਿੱਥੇ ਆਏ ਹਾਂ। ਅਸੀਂ ਹੁਣ ਉੱਪਰ ਜਾ ਰਹੇ ਹਾਂ ਪਾਰਡਿੰਗ ਮਿਲ ਵੈਲੀ ਦੀ, ਸਾਡੇ ਪਿੱਛੇ ਅੱਗੇ ਸਾਡੀ ਹੈਗੀ ਆ ਪਹਾੜੀ ਜਿਵੇਂ ਕਹਿੰਦੇ ਲੌਂਗ ਮਿੰਟ। ਅਤੇ ਲੌਂਗ ਮਿੰਟ ਦੇ ਵਿੱਚ ਦੇਖੋ ਹੁਣ ਪਹਾੜੀਆਂ ਤਾਂ ਬਹੁਤ ਲੰਬੀਆਂ ਨੇ ਚੌੜੀਆਂ, ਅਤੇ ਉਹਨਾਂ ਦੇ ਵਿੱਚੋਂ ਅਸੀਂ ਜਿਹੜੀ ਇੱਥੋਂ ਦੀ TC ਆ ਸਾਰਾ ਉੱਚੀ ਆ ਉੱਥੇ ਪਹੁੰਚਣਾ। ਅਤੇ ਇਹਦੇ ਵਿੱਚ ਦੇਖੋ ਕਈ ਗੱਲਾਂ ਦਾ ਖਿਆਲ ਰੱਖਣਾ ਪੈਂਦਾ, ਕਿਉਂਕਿ ਜੇ ਤੁਸੀਂ ਪਹਾੜੀ ਰਸਤੇ ਜਾਂਦੇ ਹੋ ਜਿੱਦਾਂ ਕਿ ਦੱਸਿਆ ਸੀਗਾ ਕਿ ਅੱਗੇ ਉੱਬੜ ਖਾਬੜ ਨਾ ਡੰਡੀ ਨਾ ਪੱਗ ਡੰਡੀ, ਪਹਿਲਾਂ ਤਾਂ ਫੁੱਟਵੇਅਰ ਤੁਹਾਡਾ ਸਹੀ 'ਚ ਆਉਣਾ ਚਾਹੀਦਾ, ਠੀਕ ਹੈ। ਫਿਰ ਤੁਹਾਡੇ ਜਿਹੜੇ ਕੱਪੜੇ ਨੇ ਉਹ ਚਾਹੀਦੇ ਆ ਬਰੀਦੇਬਲ, ਤਾਂ ਜੋ ਤੁਹਾਨੂੰ ਕੱਪੜੇ ਤੁਹਾਡੇ ਸਰੀਰ ਨੂੰ ਸਾਹ ਆਉਂਦਾ ਰਹੇ। ਫਿਰ ਤੁਹਾਨੂੰ ਚਾਹੀਦੀ ਹੈ ਕੈਪ ਸਿਰ 'ਤੇ, ਜੇ ਜ਼ਿਆਦਾ ਧੁੱਪ ਧੱਪ ਪੈ ਜਾਵੇ ਤੁਹਾਡੀ ਸੇਫਟੀ ਹੋ ਸਕਦੀ ਹੈ ਧੁੱਪ ਨੂੰ, ਕਿਉਂਕਿ ਸਨਬਰਨ ਜਦੋਂ ਹੋ ਜਾਂਦਾ ਉਹ ਬਹੁਤ ਤੰਗ ਕਰਦਾ। ਫਿਰ ਤਾਂ ਸਾਡੀ ਪਿੱਛੇ ਖਾਣਾ ਪੀਣਾ ਵੀ ਖੁੱਲ੍ਹਾ ਚਾਹੀਦਾ ਤੁਹਾਨੂੰ, ਜਿੱਦਾਂ ਕਿ ਐਨਰਜੀ ਫੂਡ। ਫਿਰ ਰਸਤੇ 'ਚ ਅਸੀਂ ਦੇਖੋ ਆਹ ਸਾਡੀਆਂ ਹੈਗੀਆਂ ਭੇਡਾਂ, ਇਹਨਾਂ ਦਾ ਕਹਿੰਦੇ ਹੁੰਦੇ ਆ ਮਾਊਂਟੇਨ ਗੋਟ, ਆਹ ਨੇ ਮਾਊਂਟੇਨ ਗੋਟਸ ਕਰਦੀ ਹਾਂ। ਅਤੇ ਉਹ ਦੇਖੋ ਫੜੀਏ ਹੁਣ ਆਪਾਂ ਵੀਰ ਦੇ ਨਾਲ ਵੀ ਪਹੁੰਚੀਏ, ਅਸੀਂ ਤਾਂ ਇੱਥੇ ਹੀ ਦੱਸਣਾ, ਇੱਥੇ ਸਾਡਾ ਜ਼ੋਰ ਲੱਗ ਗਿਆ ਦੱਸਣ 'ਤੇ। ਹਾਂ ਚਲੋ ਆਏ 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 ਚਲੋ
ਚਲਦੇ ਰਹੋ ਚਲਦੇ ਰਹੋ। ਓਕੇ ਜੀ, ਮਿਲਦੇ ਆ ਥੋੜ੍ਹੀ ਦੇਰ ਨੂੰ ਫਿਰ। ਇੱਥੇ ਦੇ ਸਥਾਨਕ ਵਾਸੀ ਸਾਡੇ ਵੱਲ ਦੇਖਦੇ ਹੋਏ ਸੰਘ ਬਣ ਕੇ ਲੱਗਦੀ ਹੈ। ਹੈਲੋ, ਆ ਜਾ, ਚੰਗਾ ਜਾ। ਕਹਿੰਦੇ ਹੁੰਦੇ ਨਾ, ਸਰਦੀ ਮੈਂ ਵੀ ਗਰਮੀ ਕਾ ਅਹਿਸਾਸ, ਪਹਾੜ ਦੀ ਚੜ੍ਹਾਈ ਨੇ ਠੰਡ ਠੁੰਡ ਕਿਤੇ ਭੁਲਾਤੀ, ਚੱਲ ਕੇ ਬਹੁਤ ਠੰਡੀ ਹਵਾ ਚੱਲਦੀ ਹੈ, ਪਾਣੀ ਪੀ ਰਹੀ ਹੈ। ਸਮਝੇ ਕੁਛ, ਪਾਣੀ ਪੀਣਾ ਜ਼ਰੂਰੀ ਆ, ਪਸੀਨਾ ਆ ਕੇ ਸਰੀਰ ਦਾ ਪਾਣੀ ਸੁੱਕਦਾ ਰਹਿੰਦਾ, ਜੇ ਨਹੀਂ ਪੀਓਗੇ ਤਾਂ ਪਾਣੀ ਸੁੱਕ ਜੂਗਾ ਸਰੀਰ ਦੇ ਵਿੱਚੋਂ, ਅਤੇ ਚੱਕਰ ਆਏ ਗਿਰ ਜਾਓਗੇ, ਕਿਸੇ ਨੂੰ ਪਤਾ ਵੀ ਲੱਗਣਾ ਵੀ ਕਿੱਥੇ ਗਿਰੇ ਪਏ ਹੋ। ਸੋ ਮਿੱਤਰੋ, ਪਾਣੀ ਦੀ ਵਰਤੋਂ ਵੱਧ ਤੋਂ ਵੱਧ ਕਰੋ, ਲਗਾਤਾਰ ਕਰੋ, ਠੀਕ ਹੈ। ਪਾਣੀ ਹੀ ਸਾਡੀ ਜ਼ਿੰਦਗੀ ਹੈ। ਹੋ ਉੱਥੇ ਤੱਕ ਕੁਛ ਕੁਛ ਚੜ੍ਹਾਈ ਵਾਲੀ ਪਗਡੰਡੀ ਨਜ਼ਰ ਆ ਰਹੀ ਆ ਪਹਾੜੀ ਦੇ ਉੱਪਰ ਦੀ ਘੁੰਮ। ਅਸਲ ਦੇ ਵਿੱਚ ਜਿਹੜਾ ਰਸਤੇ ਨੂੰ ਘੁਮਾਉਦਾਰ ਹੈ, ਹੌਲੀ ਹੌਲੀ ਪਹਾੜੀ ਨੂੰ ਘੇਰਾ ਪਾ ਕੇ ਉੱਪਰ ਨੂੰ ਚੜ੍ਹਦੇ ਜਾਂਦੇ ਹਾਂ ਅਤੇ ਟੀਚਿਆਂ 'ਤੇ ਪਹੁੰਚਾਂਗੇ, ਟੀਸੀ 'ਤੇ ਪਹੁੰਚਾਂਗੇ ਜਿੱਥੋਂ ਸ਼ੁਰੂਆਤ ਕੀਤੀ ਸੀ, ਉਹਦਾ ਪਤਾ ਨਹੀਂ ਕਿੱਥੇ ਰਹਿ ਰੁ ਗਿਆ। ਚਲੋ ਅੱਗੇ ਵੱਲ ਹੀ ਸੋਚਦੇ ਹਾਂ। ਹੈਲੋ, ਹਾਂ ਮੰਜਾ ਪੀਟੀ ਦੇ ਸਾਨੂੰ ਕੋਈ, ਤੇਰੇ ਘਰ ਆਏ ਹਾਂ। ਮੰਮੀ ਨਹੀਂ ਲੱਭਦੀ? ਮੰਮੀ ਲੱਭਦੀ ਆ, ਹੋ ਸਾਰੀ ਵੋਕਿੰਗ, ਤੁਰਿਆ ਚੱਲ ਤੁਰਿਆ ਚੱਲ। ਪਹਿਲੀ ਪਹਾੜੀ ਦੀ ਚੋਟੀ 'ਤੇ ਤਕਰੀਬਨ ਪਹੁੰਚ ਚੁੱਕੇ ਹਾਂ। ਆਲੇ ਦੁਆਲੇ ਹੋਰ ਵੀ ਕਾਫੀ ਪਹਾੜੀਆਂ ਛੋਟੀਆਂ ਛੋਟੀਆਂ ਨਜ਼ਰ ਆ ਰਹੀਆਂ ਨੇ। ਤੁਹਾਨੂੰ 360 ਡਿਗਰੀ ਦਾ ਵਿਊ ਵਿਖਾ ਦਈਏ। ਉੱਧਰੋਂ ਆਇਆ ਸੀ ਇਸ ਰਸਤੇ ਤੋਂ ਦੀ, ਅਤੇ ਹੁਣ ਅੱਗੇ ਆ ਰਹੇ ਹਾਂ, ਦੇਖਦੇ ਹਾਂ ਇਹ ਰਸਤਾ ਸਾਨੂੰ ਕਿੱਧਰ ਲੈ ਕੇ ਜਾਂਦਾ, ਅਤੇ ਤੁਹਾਨੂੰ ਵੀ ਨਾਲ ਹੀ ਰੱਖਾਂਗੇ। ਫਿਰ ਅੱਗੇ ਦੋ ਤਿੰਨ ਰਸਤੇ ਬਣਦੇ ਨੇ ਆਪਾਂ ਨੂੰ ਗਾਈਡ ਕਰਨ ਵਾਸਤੇ। ਇੱਧਰ ਨੂੰ ਜਾਣਾ, ਪਹਾੜਾਂ ਦੀ ਚੋਟੀ 'ਤੇ ਆਹ ਦੇਖੋ ਝੀਲ, ਇੰਗਲੈਂਡ ਦੀਆਂ ਪਹਾੜੀਆਂ ਨੂੰ ਚਾਰ ਚੰਨ ਲਾਉਂਦੀ ਹੋਈ। ਘੱਟ ਹੀ ਮੌਕੇ ਹੁੰਦੇ ਨੇ ਜਦੋਂ ਪਹਾੜਾਂ ਦੇ ਚੋਟੀਆਂ 'ਤੇ ਉਹਦੇ ਵਾਸਤੇ ਕੋਈ ਝੀਲ ਬਣੀ ਹੋਈ ਹੋਵੇ, ਛੋਟੀ ਹੋਵੇ ਜਾਂ ਵੱਡੀ ਹੋਵੇ। ਕਾਫੀ ਤੇਜ਼ ਹਵਾ ਚੱਲ ਰਹੀ ਹੈ ਉਰੇ ਆਲੇ ਦੁਆਲੇ, ਹੋਰ ਪਹਾੜੀ ਏਰੀਆ, ਹਰੀਆਂ ਪਹਾੜੀਆਂ ਫੈਲੀਆਂ ਹੋਈਆਂ ਨੇ।
ਨਜ਼ਾਰਾ ਪੇਸ਼ ਕਰਦੇ ਹੋਏ। ਇਹ ਹੈ ਆਪਣੀ ਪਿਆਰੀ ਝੀਲ। ਹਾਂਜੀ, ਪਹੁੰਚ ਗਏ ਆਪਣੀ ਮੰਜ਼ਿਲ 'ਤੇ। ਹੁਣ ਅਸੀਂ ਪਹੁੰਚੇ ਹਾਂ ਸ਼ਰੋਪਸ਼ੇਅਰ ਦੀ ਲੌਂਗਮਿੰਟ ਦੀ ਸਮਿਟ 'ਤੇ। ਆਹ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਹੈਗਾ ਡਿਸਟੈਂਸ ਡਾਇਲ। ਇਸ ਵਿੱਚ UK ਦੇ ਬਾਕੀ ਪਹਾੜਾਂ ਦੀ ਦਿਸ਼ਾ ਅਤੇ ਦੂਰੀ ਦਰਜ ਹੈ। ਬੜਾ ਆਨੰਦ ਆ ਰਿਹਾ ਇੱਥੇ ਪਹੁੰਚ ਕੇ। ਪਹਾੜ ਦੀ ਸਭ ਤੋਂ ਉੱਚੀ ਚੋਟੀ 'ਤੇ ਪਹੁੰਚ ਚੁੱਕੇ ਹਾਂ। ਕੁਝ ਘੱਟ ਔਖੇ ਰਸਤੇ ਸੀ, ਕੁਝ ਵੱਧ ਔਖੇ ਰਸਤੇ ਸੀ, ਪਰ ਸਾਰੇ ਹੀ ਰਸਤਿਆਂ ਨੂੰ ਪਾਰ ਕਰਦੇ ਹੋਏ ਅਸੀਂ TC ਉੱਤੇ ਪਹੁੰਚ ਚੁੱਕੇ ਹਾਂ। ਮੇਰਾ ਜੀ ਕਰਦਾ ਹੈ ਕਿ ਵੀਡੀਓ ਬਣਾਈ ਜਾਵਾਂ ਅਤੇ ਤੁਹਾਨੂੰ ਵਿਖਾਈ ਜਾਵਾਂ, ਤੁਸੀਂ ਵੇਖਦੇ ਜਾਓ ਵੇਖਦੇ ਜਾਓ। ਓਕੇ ਦੋਸਤੋ, ਮਿਲਦੇ ਹਾਂ ਅਗਲੇ ਬ੍ਰੇਕ 'ਚ। ਆਪਾਂ ਕਿਤੇ ਵੀ ਜਾਈਏ, ਕਿਸੇ ਪਹਾੜੀ ਤੇ ਚੜੀਏ, ਕਿਸੇ ਪਹਾੜ ਤੇ ਚੜੀਏ, ਆਪਣਾ ਜਿੰਨੀ ਦੇਰ ਆਪਣਾ ਗਿੱਧਾ ਨੀ ਨਾ ਪੈਂਦਾ ਸਾਡੀ, ਬਸ ਉਹ ਜਿਹੜੀ ਹੁੰਦੀ ਹੈ ਨਾ ਗੱਲ ਬਣਦੀ ਨੀ, ਤੇ ਫਿਰ ਆਪਾਂ ਬੋਲੀ ਪਾਈਏ ਤੇ ਗਿੱਧਾ ਪਾਈਏ। ਬੋਲੀ ਪਾਓ ਬੋਲੀਆਂ ਸਾਨੂੰ ਮਹਾਰਾਜ ਸੀ ਬੋਲੀਆਂ ਦੇ। ਮਾਲਵੇ ਦੀ ਜੱਟੀ, ਫਿਰ ਆਪਾਂ ਮਲਵੇ ਇਕੱਠੇ ਹੋਏ। ਮਾਲਵੇ ਦੀ ਜੱਟੀ ਨੀ ਮੈਂ ਗਿੱਧੇ ਆਂਦੀ ਰਾਣੀ, ਮਾਲਵੇ ਦੀ ਜੱਟੀ ਨੀ ਮੈਂ ਗਿੱਧੇ ਆਂਦੀ ਰਾਣੀ, ਨੱਚੀ ਦੀ ਨਾ ਥੱਕਾ ਨੀ ਮੈਂ ਅੱਗ ਵਾਂਗੂ, ਮੱਚਾ ਦੇ ਕੇ ਕਿਹੜਾ ਕੁੜੀਓ ਨੀ ਮੈਂ, ਨੱਚ ਨੱਚ ਪੱਟ ਲਿਆ ਵੇੜਾ ਕੁੜੀਓ ਨੀ ਮੈਂ, ਨੱਚ ਨੱਚ ਪੱਟ ਲਿਆ ਵੇੜਾ ਕੁੜੀਓ ਨੀ ਮੈਂ, ਨੱਚ ਨੱਚ ਪੱਟ ਲਿਆ ਵੇੜਾ ਕੁੜੀਓ। ਬੜਾ ਕਲਾਸੀਕਲ ਨਜ਼ਾਰਾ ਤੁਹਾਡੇ ਸਾਹਮਣੇ ਪੇਸ਼ ਹੈ। ਪਹਾੜੀ ਦਰਖਤ ਗਿਣਤੀ ਵਿੱਚ 2 ਨੇ ਇਹਨਾਂ ਦੇ ਕੋਲ ਦੀ। ਰਸਤਾ ਕਿਹੜਾ ਹੈ, ਭੇਡਾਂ ਦਾ ਹੀ ਬਣਾਇਆ ਹੋਇਆ। ਬੰਦਿਆਂ ਨੇ ਇਹਨੂੰ ਬਾਅਦ 'ਚ ਵਰਤਣਾ ਸ਼ੁਰੂ ਕੀਤਾ। ਇਸ ਇਲਾਕੇ 'ਚ ਬਹੁਤ ਸਾਰੀਆਂ ਭੇਡਾਂ ਨੇ, ਤੁਹਾਨੂੰ ਦਿਖਾਵਾਂ। ਉਹ ਦੂਸਰੀ ਪਹਾੜੀ ਦੇ ਉੱਤੇ ਭੇਡਾਂ ਤੁਰੀਆਂ ਫਿਰਦੀਆਂ, ਦੇਖੋ ਉਹ ਦੇਖੋ।
ਪਿਛਲੀ ਪਹਾੜੀ ਪਿੱਛੇ ਰਹਿ ਚੁੱਕੀ ਹੈ, ਹੁਣ ਅਸੀਂ ਚੌਥੀ ਪਹਾੜੀ ਨੂੰ ਕ੍ਰੋਸ ਕਰਨ ਲੱਗੇ ਹੋਏ ਹਾਂ। ਆ ਦੇਖੋ ਰਸਤਾ ਬਹੁਤ ਹੀ ਧਿਆਨ ਪੂਰਵਕ ਚੱਲਣ ਵਾਲਾ, ਅਗਰ ਗਿਰ ਗਏ ਤਾਂ ਉਹ ਉੱਥੇ ਜਾ ਕੇ ਹੋਊਗਾ ਆਈ ਐਮ ਦੜਮ, ਕੀ ਹੋਊਗਾ ਆਈ ਐਮ ਦੜਮ। ਬੱਲੇ ਬੱਲੇ ਬੱਲੇ, ਇਹ ਤਾਂ ਅੱਗੇ ਵੀ ਥੋੜ੍ਹਾ ਔਖਾ ਹੀ ਆ ਲਗਾਤਾਰ ਆਈ ਐਮ ਦੜਮ ਹੋਣ ਤੋਂ ਬਚਣਾ ਪਊਗਾ। ਉਹ ਦੇਖੋ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਹੋਈ, ਇਹਨਾਂ ਔਖੇ ਪਹਾੜੀ ਰਸਤਿਆਂ ਉੱਤੇ ਵੀ ਮਾਂ ਮਾਂ ਹੀ ਹੁੰਦੀ ਹੈ। ਮਿੱਤਰੋ ਜਿੱਥੋਂ ਅਸੀਂ ਚੱਲੇ ਸੀ ਉਹ ਦੇਖੋ, ਉਹ ਪਿੰਡ ਥੋੜ੍ਹਾ ਥੋੜ੍ਹਾ ਨਜ਼ਰ ਆਉਣ ਲੱਗ ਪਿਆ ਘੁੰਮਦੇ ਘੁੰਮਦੇ, ਆ ਪਹੁੰਚੇ ਟਿਕਾਣੇ ਦੇ ਨੇੜੇ। ਉੱਪਰੋਂ ਚੱਲ ਚੱਲਦੇ ਘਾਟੀ ਦੇ ਹੇਠ ਆ ਗਿਆ, ਜਿੱਥੇ ਆਪ ਤੁਸੀਂ ਦੇਖ ਰਹੇ ਹਾਂ ਕਿ ਪਹਾੜੀ ਨਹਿਰ ਬਣੀ ਹੋਈ ਆ। ਇੱਥੇ ਆ ਕੇ ਅਲੱਗ ਅਲੱਗ ਪਹਾੜੀਆਂ ਦਾ ਪਾਣੀ ਇਕੱਠਾ ਹੋ ਕੇ ਇੱਕ ਨਹਿਰ ਦਾ ਰੂਪ ਧਾਰਨ ਕਰ ਲੈਂਦਾ। ਇਹ ਅੱਗੇ ਇੱਕ ਬੰਨ ਮਾਰਿਆ ਹੋਇਆ ਜਿਸ ਤਰ੍ਹਾਂ ਡੈਮ ਹੁੰਦਾ, ਅਤੇ ਮੈਂ ਤੁਹਾਨੂੰ ਵਿਖਾਉਣਾ ਕਿ ਇਸ ਪਾਣੀ ਨੂੰ ਰੋਕ ਕੇ ਇੱਥੇ ਇਹ ਡੈਮ ਬਣਾ ਹੋਇਆ, ਇਹ ਪਾਣੀ ਸਟੋਰ ਹੋ ਜਾਂਦਾ ਹੁੰਦਾ। ਉਹ ਉੱਪਰੋਂ ਨਹਿਰ ਆਉਂਦੀ ਹੋਈ ਆਹ ਪੁਲੀ ਦੇ ਹੇਠਾਂ ਦੀ ਲੰਘ ਕੇ ਅੱਗੇ ਚੱਲ ਜਾਂਦੀ ਆ। ਉਹ ਤੁਸੀਂ ਦੇਖੋ ਇੱਕ ਹੋਰ ਜਾਲੀ ਵਾਲਾ ਦਰਵਾਜ਼ਾ ਬਣਿਆ ਹੋਇਆ, ਹੋ ਸਕਦਾ ਇੱਥੋਂ ਦੀ ਕਿਸੇ ਵੇਲੇ ਪਾਣੀ ਐਂਟਰ ਹੋ ਕੇ ਅੱਗੇ ਨਿਕਲਦਾ ਹੋਵੇ, ਪਰ ਹੁਣ ਤਾਂ ਇਹ ਇੱਥੋਂ ਦੀ ਹੀ ਜਾ ਰਿਹਾ। ਇਸ ਤੋਂ ਅੱਗੇ ਸਾਡਾ ਰਸਤਾ ਬਦਲ ਗਿਆ, ਸਾਡਾ ਰਸਤਾ ਹੁਣ ਫਿਰ ਪਹਾੜੀ ਦੀ ਚੜ੍ਹਾਈ ਵੱਲ ਲੈ ਕੇ ਜਾ ਰਿਹਾ। ਯਾਨੀ ਕਿ ਆਹ ਜਿਹੜਾ ਗੁਲਾਬੀ ਰੰਗ ਦਾ ਨਿਸ਼ਾਨ ਹੈ ਇਹੀ ਸਾਨੂੰ ਲੈ ਕੇ ਜਾ ਰਿਹਾ। ਕਿਤੇ ਕਿਤੇ ਪਗਡੰਡੀ ਸਿਰਫ ਡੰਡੀ ਹੀ ਰਹਿ ਜਾਂਦੀ ਹੈ, ਬਹੁਤ ਧਿਆਨ ਨਾਲ ਚੱਲਣਾ ਪੈਂਦਾ। ਸਾਈਡ 'ਤੇ ਕਾਫੀ ਡੂੰਘੀਆਂ ਖਾਈਆਂ ਖੱਡਾਂ ਮੌਜੂਦ ਨੇ, ਲਾਪਰਵਾਹੀ ਬੇਧਿਆਨੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਂਦੀ। ਮੈਂ ਵੀਡੀਓ ਬਣਾਉਣ ਵੇਲੇ ਵੀ ਲੋੜ ਤੋਂ ਵੱਧ ਸਾਵਧਾਨੀ ਵਰਤ ਰਿਹਾ ਤਾਂ ਜੋ ਆਪਣੇ ਆਪ ਨੂੰ ਵੀ ਸੁਰੱਖਿਅਤ ਰੱਖ ਸਕਾਂ ਅਤੇ ਵੀਡੀਓ ਤੁਹਾਡੇ ਕੋਲ ਪਹੁੰਚਦੀ ਵੀ ਕਰ ਸਕਾਂ। ਸੋ ਇਹ ਡੰਡੀਆਂ ਪਗਡੰਡੀਆਂ
ਧਿਆਨ ਨਾਲ ਕੁੜੀਏ। ਵਧੀਆ ਤੂੰ, ਮੈਂ ਇੱਥੇ ਤੁਸੀਂ ਐਕਸਪਰਟ ਆ ਸੀ। ਹੋਰ ਤੁਸੀਂ ਤਾਂ ਮਾਹਰ ਬੰਦੇ ਹੋ, ਅਸੀਂ ਪਹਿਲੀ ਵਾਰੀ ਆਏ ਹਾਂ। ਦੂਰ ਤੱਕ ਇਸੇ ਤਰ੍ਹਾਂ ਹੀ ਛੋਟੀ ਡੰਡੀ ਜਾਊਗੇ, ਕੋਈ ਨਵੀਂ ਚੀਜ਼ ਆਈ ਤਾਂ ਉਹਦੀ ਵੀਡੀਓਗ੍ਰਾਫੀ ਫਿਰ ਬਣਾਵਾਂਗੇ। ਸੋ ਆਪਣਾ ਮਿਸ਼ਨ ਕੰਪਲੀਟ ਕਰਦੇ ਹੋਏ ਅਸੀਂ 5 ਪਹਾੜੀਆਂ ਕਵਰ ਕਰਕੇ ਆਏ ਹਾਂ। 3 ਪਹਾੜੀਆਂ ਦੇ ਉੱਪਰ ਦੀ ਗਏ ਹਾਂ, 2 ਪਹਾੜੀਆਂ ਦੇ ਸਾਈਡ ਤੋਂ ਦੀ ਉੱਥੋਂ ਥੋੜ੍ਹਾ ਘੁੰਮ ਕੇ ਆਉਣਾ। ਨੀਚੇ ਪਾਰਕਿੰਗ ਦੇ ਵਿੱਚ ਸਾਡੇ ਅਤੇ ਹੋਰ ਲੋਕਾਂ ਦੇ ਵਹੀਕਲ ਖੜ੍ਹੇ ਤੁਹਾਨੂੰ ਨਜ਼ਰ ਆ ਰਹੇ ਨੇ, ਉੱਥੋਂ ਵਹੀਕਲ ਚੱਕਾਂਗੇ ਅਤੇ ਆਪਣੇ ਟਿਕਾਣੇ ਵੱਲੋਂ ਰਵਾਨਾ ਹੋ ਜਾਵਾਂਗੇ। ਆਪਾਂ ਵੇਖਦੇ ਹਾਂ ਜੀ ਆਪਣੇ ਵਾਲੀ ਕਾਰ ਵੀ ਕਦੇ ਖੜ੍ਹੀ ਨਜ਼ਰ ਆ ਗਈ, ਉਹਦਾ ਵੀ ਕਲੋਜ ਅਪ ਲਵਾਂਗੇ। ਜੇ ਨਾ ਕਾਰ ਨਜ਼ਰ ਨਾ ਆਈ ਫਿਰ ਨਹੀਂ ਆਪਾਂ ਕਲੋਜ ਅਪ ਲੈਂਦੇ। ਕੋਸ਼ਿਸ਼ ਤਾਂ ਕਰਨੀ ਚਾਹੀਦੀ ਆ। ਲੱਗਦਾ ਦਰੱਖਤਾਂ ਦੇ ਉੱਲੇ ਖੜ੍ਹੀ ਹੋਇਆ, ਇਸ ਕਰਕੇ ਨਹੀਂ ਆਈ ਨਜ਼ਰ। ਨਹੀਂ ਤਾਂ ਆਪਣੀ ਗੱਡੀ ਕਿਤੇ ਤੇਜ਼ ਤੇਜ਼ ਚੱਲਦੇ ਹਾਂ, ਪਿੱਛੇ ਸੀ ਅੱਗੇ ਸੀ ਉਹ ਖੜ੍ਹੀ ਆ ਨਾ ਆਪਣੇ ਵਾਲੀ ਗੱਡੀ, ਉਹ ਨਹੀਂ ਖੜ੍ਹੀ ਬਲੈਕ ਸਨਰੂਫ ਵਾਲੀ, ਮੈਂ ਤਾਂ ਖਾਲੀ ਲੱਗਦੀ ਆ ਉਹ ਹੈ ਬਾਈ, ਮੈਨੂੰ ਤਾਂ ਆਪਣੇ ਵਾਲੀ ਲੱਗਦੀ ਆ। ਬਾਕੀ ਦੇਖਦੇ ਹਾਂ ਠੀਕ ਆ, ਅੱਜ ਦਾ ਮਿਸ਼ਨ ਕੰਪਲੀਟ। ਦੇਖ ਚੱਲਦਾ ਇੰਡੀਕੇਟਰ ਆਪਣੇ ਵਾਲੀ ਹੈ, ਅੰਦਾਜ਼ੇ ਗਲਤ ਨਹੀਂ ਹੁੰਦੇ। ਆਪਾਂ ਫਿਰ ਉੱਧਰ ਨੂੰ ਗਏ ਹਾਂ, ਫਿਰ ਆਪਾਂ ਉਸ ਰਸਤੇ ਗਏ ਹਾਂ ਫਿਰ, ਕਿਉਂਕਿ ਆਪਾਂ ਲੈਫਟ ਤੇ ਕਾਰ ਕੀਤੀ ਸੀਗੀ ਨਾ, ਫਿਰ ਆਪਾਂ ਉੱਧਰ ਗਏ ਹਾਂ। ਉੱਧਰ ਨੂੰ ਜਾ ਕੇ ਉੱਪਰ ਦੀ ਘੁੰਮ ਕੇ ਇੱਥੋਂ ਦੀ ਆ ਗਏ, ਜਿੱਥੇ ਸਾਡੇ ਚਰਨ ਨੇ, ਸਾਡੇ ਚਰਨ ਨੇ। ਠੀਕ ਹੈ, ਅੱਜ ਦਾ ਮਿਸ਼ਨ ਕੰਪਲੀਟ ਹੋ ਗਿਆ, ਬਹੁਤ ਆਨੰਦ ਆਇਆ, ਬਹੁਤ ਸੋਹਣੀ ਸਰੀਰਕ ਐਕਸਰਸਾਈਜ਼ ਹੋਈ, ਦਿਮਾਗੀ ਐਕਸਰਸਾਈਜ਼ ਵੀ ਹੋਈ। ਭੈਣ ਭਾਈ ਨੇ ਬਹੁਤ ਲੰਬੇ ਸਮੇਂ ਬਾਅਦ ਇਕੱਠਾ ਐਡਵੈਂਚਰ ਕੀਤਾ, ਮਿਲਦੇ ਹਾਂ ਕਿਸੇ ਅਗਲੇ ਐਡਵੈਂਚਰ ਵਿੱਚ ਜਾਂ ਅਗਲੀ ਵੀਡੀਓ ਦੇ ਵਿੱਚ। ਭੈਣ ਕਹਿੰਦੇ ਆ ਕਿ ਤੁਹਾਨੂੰ ਫਿਰ ਕਦੇ ਖਿੱਚ ਕੇ ਲਿਜਾਊਂਗੀ, ਲੈ ਜਾਓ ਬਾਈ, ਤੁਹਾਡੇ ਦੇਸ਼ ਆਏ ਹੋਏ ਹਾਂ, ਤੁਹਾਡੇ ਹਵਾਲੇ ਹਾਂ, ਜਿਵੇਂ ਠੀਕ ਲੱਗਦਾ ਕਰ ਲਿਓ। ਲਓ ਜੀ ਮਿੱਤਰੋ, ਅੱਜ ਦੀ ਪਹਾੜੀਆਂ ਦੀ ਚੜ੍ਹਾਈ ਮੁਕੰਮਲ ਕਰਕੇ ਵਾਪਸ ਆ ਰਹੇ ਹਾਂ ਆਪਣੇ ਆਲਣੇ ਦੇ ਵਿੱਚ ਨੂੰ। ਉਹੀ ਸੁੰਦਰ ਸੁੰਦਰ ਹਰੇ ਹਰੇ ਰਸਤੇ ਤੁਹਾਨੂੰ ਇੱਕ ਵਾਰੀ ਫਿਰ ਦਿਖਾਉਣ ਨੂੰ ਮਨ ਕਰਿਆ ਆ। ਉੱਪਰ ਬੱਦਲ ਆਏ ਹੋਏ ਪਏ ਆ, ਪੂਰਾ ਬਰਸਾਤ ਦਾ ਮੌਸਮ ਬਣਿਆ ਪਿਆ, ਕਿਸੇ ਵੇਲੇ ਵੀ ਮੀਂਹ ਪੈ ਸਕਦਾ। ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਸਫ਼ਰ, ਸਾਡੇ ਨਾਲ ਕੀਤਾ ਹੋਇਆ ਤੁਹਾਡਾ ਸਫ਼ਰ
ਪਸੰਦ ਆਇਆ ਹੋਊਗਾ। ਜੇ ਵਧੀਆ ਲੱਗਿਆ ਹੋਵੇ ਸ਼ੇਅਰ ਕਰ ਦਿਓ, ਕਮੈਂਟ ਪਾ ਕੇ ਦੱਸਿਓ ਕਿਵੇਂ ਲੱਗਿਆ। ਅਖੀਰਲੇ ਮਰਹਲੇ ਦੇ ਵਿੱਚ ਦੋਵੇਂ ਭੈਣ ਭਾਈ ਤੁਹਾਨੂੰ ਬਾਏ ਕਰਨ ਵਾਸਤੇ ਕੈਮਰੇ ਦੇ ਰੂਬਰੂ ਹੋਏ ਹਾਂ। ਮੀਂਹ ਦਾ ਮੌਸਮ ਬਣਿਆ ਹੋਇਆ, ਠੰਡੀ ਹਵਾ ਚੱਲਦੀ ਆ। ਹੁਣ ਫਟਾਫਟ ਇੱਥੋਂ ਨਿਕਲਦੇ ਹਾਂ, ਘਰੇ ਜਾਂਦੇ ਹਾਂ, ਮਿਲਾਂਗੇ ਜਲਦੀ। ਬਾਏ ਬਾਏ।